गोल्ड कॉइन है ते वर्ल्ड दा सब तो छोटा गोल्ड कॉइन इन्हां दे कोल है 800 तो 900 साल पुराना गोल्ड कॉइन है। कीड़ी तो थोड़ा या हल्का या बड़ा? हाँ बस इन्ना की फर्क है। विजयनगर स्टेट साउथ दे विच पैंदी है, 800-900 साल पुराना ये गोल्ड कॉइन है। साडे कोले एह जा इतिहास है भी उस वेले एड्डी छोटी डाई किवें तैयार करदे होणगे, किवें सिक्के चलदे होणगे उस वेले। पंच मार्क कॉइन कहिंदे, तुसीं आ देख सकदे हो भी इहदे च राइटिंग कोई नहीं हुंदी सी, अड्ड अड्ड तरह के 600 तो वध पंच हुंदे सीगे जिहदे विच पक्षियां दे निशान, पशुआं दे निशान, आ सूरज दे, नदी दे, मच्छियां दे निशान, दरख्तां दे निशान। मौर्या काल ते मगध काल दे सिक्के है, ये भी चांदी दे सिक्के है, 610 तो 671 इन्हां दा राज सीगा, इंडो ससानिया ने 5th सेंचुरी है फोर्थ। किवें शौक पिया, कित्थों कित्थों समान इकट्ठा कीता? आम तौर ते असीं सुनदे आ रहे भी लोकां नूं हुंदा बचपन तो शौक, पर ये मैनूं ऐ ला लो भी 40 साल दी एज तो बाद ही शुरू होया मेरा शौक। ये नॉर्दर्न आयरलैंड का उन्हों का कमेमोरेटिव कॉइन उन्होंने जारी किए हुए सैटअप हुआ है। अगे USA का सैट देख सकते हो, कनेडा मिंट का सैट देख सकते हो। एम तो यही है भी आने वाली पीढ़ी लिए असी इकट्ठा करके जाइए ताकि उन्होंने पूरी जानकारी मिल सके, उन्होंने पता लगे भी एक पैसे की भी कीमत होंगी सी, पाई की भी कीमत होंगी। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਤੁਸੀਂ ਹਰ ਤਰ੍ਹਾਂ ਦੇ ਸਿੱਕੇ ਦੇਖੇ ਹੋਣੇ, ਅਕਸਰ ਲੋਕਾਂ ਨੂੰ ਸ਼ੌਂਕ ਹੁੰਦਾ ਪੁਰਾਣੀ ਕਰੰਸੀ ਇਕੱਠੀ ਕਰਨ ਦਾ, ਪਰ ਤੁਹਾਨੂੰ ਅਸੀਂ ਅੱਜ ਵਰਲਡ ਦਾ ਸਭ ਤੋਂ ਛੋਟਾ ਗੋਲਡ ਕੋਇਨ ਦਿਖਾਉਣ ਜਾ ਰਹੇ ਹਾਂ ਜਿਹੜਾ ਹਰੀਚੰਦ ਜੀ ਦੇ ਕੋਲ ਹੈਗਾ। ਸਭ ਤੋਂ ਪਹਿਲਾਂ ਤਸਵੀਰ ਤੁਹਾਨੂੰ ਅਸੀਂ ਦਿਖਾ ਦਈਏ, ਆਹ ਹਰੀਚੰਦ ਜੀ ਦੇ ਹੱਥ ਦੇ ਵਿੱਚ ਜਿਹੜਾ ਦੇਖ ਰਹੇ, ਕੋਸ਼ਿਸ਼ ਕਰਦੇ ਇਹਨੂੰ ਕੈਮਰੇ ਜ਼ਰੀਏ ਤੁਹਾਨੂੰ ਦਿਖਾਉਣ ਦੀ। ਇਹ ਗੋਲਡ ਕੋਇਨ ਹੈ ਅਤੇ ਵਰਲਡ ਦਾ ਸਭ ਤੋਂ ਛੋਟਾ ਗੋਲਡ ਕੋਇਨ ਇਹਨਾਂ ਦੇ ਕੋਲ ਹੈ, 800 ਤੋਂ 900 ਸਾਲ ਪੁਰਾਣਾ ਗੋਲਡ ਕੋਇਨ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਛੋਟਾ ਜਿਹਾ ਤੁਹਾਨੂੰ ਗੋਲਡ ਇਹਦੇ ਵਿੱਚ ਦਿਖਦਾ ਹੋਣਾ, ਇਹ ਆਹ ਦੇਖ ਸਕਦੇ ਹੋ ਆਹ ਜਿਹੜਾ ਗੋਲਡ ਹੈਗਾ, ਇਹ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਹੱਥ ਨਾਲ ਦਿਖਾਉਣ ਦੀ। ਆਹ ਦੇਖ ਸਕਦੇ ਹੋ ਇਹ ਛੋਟਾ ਜਿਹਾ ਗੋਲਡ ਹੈ, ਇਹਦੀ ਡਾਈ ਪਿੱਛੇ ਜਿਹੜਾ ਛਪਿਆ ਹੋਇਆ ਆਹ ਚੀਜ਼ ਬਣੀ ਹੋਈ ਹੈ, ਯਾਨੀ ਆਹ ਬਣਿਆ ਅਤੇ ਆਹ ਗੋਲਡ ਹੈ ਜਿਹੜਾ ਵਰਲਡ ਦਾ ਸਭ ਤੋਂ ਛੋਟਾ ਕੋਇਨ ਹੈਗਾ। ਇਹ ਹਰੀਚੰਦ ਜੀ ਨੂੰ ਕਹਿ ਲਈਏ ਕਿ ਸ਼ੌਂਕ ਹੈ ਪੁਰਾਣੇ ਸਿੱਕਿਆਂ ਦਾ, ਪੁਰਾਣੀ ਕਰੰਸੀ ਦਾ, ਤਾਂ ਹਰੀਚੰਦ ਜੀ 2400 ਸਾਲ ਪੁਰਾਣੇ ਸਿੱਕੇ ਤੁਸੀਂ ਲੈ ਕੇ ਆਏ ਹੋ, ਕਿੱਥੋਂ ਇਕੱਠੇ ਕੀਤੇ, ਕਿੰਨਾ ਚਿਰ ਹੋ ਗਿਆ? ਸਭ ਤੋਂ ਪਹਿਲਾਂ ਇਸ ਛੋਟੇ ਜਿਹੜਾ ਸਭ ਤੋਂ ਵਰਲਡ ਦਾ ਕਹਿ ਲਈਏ ਛੋਟਾ ਗੋਲਡ, ਇਹਦੇ ਬਾਰੇ ਦੱਸੋ ਜਾਣਕਾਰੀ। ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਲੋਕਾਂ ਦੇ ਨਾਲ ਰੂ ਕਰਾਇਆ ਜਾਵੇ। ਆਹ ਜਿਹੜਾ ਸਿੱਕਾ ਹੁਣ ਤੁਸੀਂ ਦੇਖਿਆ ਹੋਣਾ ਵਰਲਡ ਦਾ ਸਭ ਤੋਂ ਛੋਟਾ ਗੋਲਡ ਕੋਇਨ, ਇਹ ਵਿਜੇਨਗਰ ਸਟੇਟ ਸਾਊਥ ਦੇ ਵਿੱਚ ਪੈਂਦੀ ਹੈ, 800-900 ਸਾਲ ਪੁਰਾਣਾ ਇਹ ਗੋਲਡ ਕੋਇਨ ਹੈ। ਇਹਦੇ ਦੋਵੇਂ ਪਾਸੇ ਡਿਜ਼ਾਈਨ ਜਿਹੜੇ ਬਣੇ ਹੋਏ ਉਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ, ਬਲੈਕ ਕਲਰ ਦੇ ਵਿੱਚ ਬਣੇ ਹੋਏ। ਅੰਦਾਜ਼ਾ ਲਾ ਸਕਦੇ ਹੋ 800-900 ਸਾਲ ਪੁਰਾਣਾ ਸਾਡੇ ਕੋਲ ਇਹ ਜਿਹਾ ਇਤਿਹਾਸ ਹੈ ਵੀ ਉਸ ਵੇਲੇ ਐਡੀ ਛੋਟੀ ਡਾਈ ਕਿਵੇਂ ਤਿਆਰ ਕਰਦੇ ਹੋਣਗੇ ਅਤੇ ਕਿਵੇਂ ਇਹ ਸਿੱਕੇ ਚੱਲਦੇ ਹੋਣਗੇ ਉਸ ਵੇਲੇ। ਬਿਲਕੁਲ ਇਹ ਤਾਂ ਬਹੁਤ ਹੀ ਛੋਟਾ ਹੈਗਾ, ਆਹ ਦੇਖ ਰਹੇ ਹੋ ਤੁਸੀਂ ਬਹੁਤ ਛੋਟਾ ਹੈਗਾ, ਬਿਲਕੁਲ ਮਤਲਬ ਕੀੜੀ ਤੋਂ ਥੋੜਾ ਜਿਹਾ ਹਲਕਾ ਜਿਹਾ ਵੱਡਾ ਹੋਊਗਾ। ਹਾਂ ਬਸ ਇੰਨਾ ਕੀ ਫਰਕ ਹੈ ਜੀ, ਇੰਨਾ ਕੀ ਫਰਕ ਹੈ। ਹਾਂਜੀ ਇਹ ਫਿਰ ਕਿਵੇਂ ਸ਼ੌਂਕ ਪਿਆ ਤੇ ਇਹ ਵੀ ਜਿਹੜੇ ਇਹ ਚ ਵੀ ਜਿਹੜੇ ਸਿੱਕੇ ਹੈਗੇ ਚਾਹਾਂਗੇ ਉਹੀ ਦਿਖਾਓ, ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪੁਰਾਣੇ ਆ ਰਹੇ ਸਿੱਕੇ, ਕਿਉਂਕਿ ਸਭ ਤੋਂ ਪਹਿਲਾਂ ਆਪਣੇ ਚੱਲੇ ਸੀ ਕੋੜੀਆਂ ਤੋਂ ਬਾਅਦ ਆ ਇੰਡੀਆ ਦੇ ਵਿੱਚ ਪੰਚ ਮਾਰਕ ਕੋਇਨ ਕਹਿੰਦੇ, ਤੁਸੀਂ ਆ ਦੇਖ ਸਕਦੇ ਹੋ ਵੀ ਇਹਦੇ 'ਚ ਰਾਈਟਿੰਗ ਕੋਈ ਨਹੀਂ ਹੁੰਦੀ ਸੀ, ਅੱਡ ਅੱਡ ਤਰ੍ਹਾਂ ਦੇ 600 ਤੋਂ ਵੱਧ ਪੰਚ ਹੁੰਦੇ ਸੀਗੇ ਜਿਹਦੇ ਵਿੱਚ ਪੰਛੀਆਂ ਦੇ ਨਿਸ਼ਾਨ, ਪਸ਼ੂਆਂ ਦੇ ਨਿਸ਼ਾਨ, ਆ ਸੂਰਜ ਦੇ, ਨਦੀ ਦੇ, ਮੱਛੀਆਂ ਦੇ ਨਿਸ਼ਾਨ, ਦਰਖਤਾਂ ਦੇ ਨਿਸ਼ਾਨ। ਇਹ ਕਿੰਨੇ ਸੌ ਸਾਲ ਪੁਰਾਣੇ ਜੀ? ਇਹ 2400 ਸਾਲ ਪੁਰਾਣੇ ਹੈ ਜੀ, 3rd to 4th BC ਯਾਨੀ ਬਿਫੋਰ ਕ੍ਰਾਈਸਟ। ਮੌਰਿਆ ਲਿਖਿਆ ਇਹ ਤੇ ਸਟੈਂਪਾਂ ਲੱਗੀਆਂ ਹੋਈਆਂ ਸਿੱਕੇ ਤੇ, ਇਹ ਮੌਰਿਆ ਕਾਲ ਤੇ ਮਗਧ ਕਾਲ ਦੇ ਸਿੱਕੇ ਹੈ। ਅੱਛਾ ਜੀ। ਇਹ 'ਚ ਜਿਵੇਂ ਵੱਖ ਵੱਖ ਸਟੇਟਾਂ ਉਸ ਵੇਲੇ ਹੁੰਦੀਆਂ ਹੋਣਗੀਆਂ ਉਹਨਾਂ ਦੇ ਵੱਖ ਵੱਖ ਡਿਜ਼ਾਈਨ ਹੁੰਦੇ ਸੀ, ਇਹਦੇ 'ਚ ਰਾਊਂਡ ਸ਼ੇਪ ਦੇ ਵਿੱਚ ਵੀ ਸਿੱਕੇ ਆਉਂਦੇ, ਓਵਲ ਸ਼ੇਪ ਵੀ ਇਹਨਾਂ ਦੀ, ਹਲਕੇ ਸਿੱਕੇ ਵੀ ਇਸ 'ਚ ਅਤੇ ਹੈਵੀ ਸਿੱਕੇ ਵੀ ਆਉਂਦੇ ਹੈ। ਇਹ ਸਾਤਵਾਹਨ ਡਾਇਨੈਸਟੀ ਹੈਗੀ ਹੈ,
ये भी थर्ड फोर्थ एडी आ गई है, चैच ऑफ अलोर, ये भी चांदी के सिक्के है, 610 तो 671 इन्हों का राज सीगा, इंडो ससानियन है, फिफ्थ सेंचुरी है, फोर्थ फिफ्थ सेंचुरी दे हो गए। अब बंगाल दे पाला 861 तो 866 इन्हों का राज सीगा। आ देख सकते वैस्टर्न क्षत्रप सन 50 तो लैके 400 तक इन्हों का राज रहा, इस वक् वक् 35-36 राजा हुए इन्हों के हुए। एक पासे राजा की फोटो होंगी है, दूजे पासे ब्रह्मी लिपि चलती सी अपनी, वो लिखा हुआ इन्हों का। एक गुप्ता डायनेस्टी दे जी, ये सन 414 तो 455 तक इन्हों का राज रहा। एक पासे इन्हों का भी राजा की फोटो होंगी सी, दूजे पासे राजा बारे ब्रह्मी लिपि दे विच लिखा होंदा सीगा। अगे डायनेस्टी आ गई एक स्वाकू डायनेस्टी, यह ना तो चांदी दे ना कॉपर दे, एक सिक्का आंदा सी उहदे बने हुए सिक्के, एक पासे हाथी बने हुए, एक पासे उज्जैनी निशान इन्हां ते छपिया। आ देख रहे बिल्कुल टुकड़ा ही लगता जिदा कोई बनया हुआ हो, ये कित्थों दी चीज़ कित्थों दे हैगे, डायनेस्टी है। ਇਹਦੇ ਵਿੱਚ ਧਿਆਨ ਨਾਲ ਦੇਖੋਗੇ ਤਾਂ ਰਾਜਾ ਦਾ ਫੇਸ ਬਣਿਆ ਵੇ ਇੱਕ ਸਾਈਡ, ਦੂਜੇ ਪਾਸੇ ਬ੍ਰਹਮੀ ਲਿਪੀ ਲਿਖੀ, ਇਹਨਾਂ ਦਾ ਰਾਜ ਰਿਹਾ 470 ਤੋਂ 800 AD। ਅੱਗੇ ਆ ਗਏ ਸਮੰਤ ਦੇਵਾ, ਇਹ ਚਾਂਦੀ ਦੇ ਵਿੱਚ ਹੈ, ਤੁਸੀਂ ਦੇਖੋ ਵੀ ਅੱਜ ਤੋਂ 1000 ਸਾਲ ਪਹਿਲਾਂ ਵੀ ਇਹਨਾਂ ਦਾ ਡਿਜ਼ਾਈਨ ਦੇਖੋ, ਇੱਕ ਪਾਸੇ ਬਲਦ ਬੈਠਾ ਹੈ, ਦੂਜੇ ਪਾਸੇ ਘੋੜੇ ਦੇ ਉੱਪਰ ਰਾਜਾ ਹੈ, ਇੱਧਰ ਦੇਖੋ। हाँ इन्हें हिंदी दे विच लिखा श्री सामंत देवा, तो इन्हें कमाल की डिजाइनिंग देख सकते हो भी कि सोहने इन्हें डिजाइन बनाए हुए। 1000 साल पुराने, हाँ जी इन्हों का राज रहा 850 तो 1000, यानी 1000 साल तो भी ज़्यादा पुराने हो गए। फिर मुगल काल दे आ गए, ये मुहम्मद बिन साम है, उन्हें भी डिजाइन ओह जि रखा सी पर अपना ना चेंज कर लिया सी इत्थे। बिल्कुल बिल्कुल हरिचंद जी, ये तुसी देख ही लिया किन्ने पुराने 2400 साल पुराने सिक्के हैगे। हरिचंद नाल गल करदे आ, करंसी भी असीं देखिया बहुत तरह की हैगी तुहाडे कोले, किन्नी पुरानी करंसी है ते ये किवें शौक पिया तुहानूं ये चीज़ का कि आपां ये जिवें वर्ल्ड का सब तो छोटा कॉइन भी तुसी लैके आए हो, ये किवें शौक पिया, कित्थों कित्थों समान इकट्ठा कीता है? ये शौक मैनूं किसे दे पेपर दे विच कटिंग लगी सी, उतों शौक पिया, फिर मैं हौली हौली इकट्ठे करने शुरू किए, लोगों नाल मुलाकात हुई जिहड़े कलैक्शन करते हैं, उन्होंने दस्सिया भी सिक्कियां तो अलावा नोटां दी भी कलैक्शन हुंदी है, होर भी कलैक्शन हुंदी है, फिर इस तरह लोग मिलते गए, कलैक्शन करता गया, जानकारी हासिल हुंदी रही, किताबां पढ़ियां इन्हां बारे, ते अजकल तां नैट दा युग है, मोबाइल दे विच जानकारी मिल जांदी है काफ़ी कुछ सानूं वी। ये नॉर्दर्न आयरलैंड का उन्होंने कमेमोरेटिव कॉइन उन्होंने जारी किए हुए सैट है पूरा, ये अगे USA का सैट देख सकते हो, सी कनेडा मिंट का सैट देख सकते हो, दो सैट है कनेडा मिंट के 1974 ते 73 दे। फिर आ फॉरन करंसी दे विच देख सकते हो, सी तुहानूं गोल्ड कॉइन भी दिखा दें असी। हरिचंद जी ये सारा समान जिहड़ा है ये किन्ना चिर लगा तुहानूं इकट्ठा करन दे विच? ये घट्टो घट 26-27 साल लग गए मैनूं। 26-27 साल पहला तुसीं ये शौक शुरू किया सी, जिहड़ा हजे भी जारी है? आम तौर पर असीं सुनदे आ रहे हां वी लोकां नूं हुंदा बचपन तो शौक, पर ये मैनूं ऐ ला लो वी 40 साल दी एज तों बाद ही शुरू होया मेरा शौक है। तो शौक जो शुरू होया तां बहुत तेजी नाल पूरा कीता शौक, फिर खर्च का अंदाजा तो कदे लाया नहीं पर काफी खर्च हो गया। एम तो यही है भी आने वाली पीढ़ी लई असी इकट्ठा करके जाइए ताकि उन्होंने पूरी जानकारी मिल सके, उन्होंने पता लगे भी एक पैसे की भी कीमत होंगी सी, एक पाई की भी कीमत होंगी सी। धन्यवाद जी। सो इस सन हरिचंद जी जिहड़े बठिंडा दे ने, जिन्हां कोल 2400 साल पुराने जिहड़े सिक्के आ ते वर्ल्ड दा सब तो छोटा गोल्ड कॉइन इन्हां दे कोल हैगा, तां कह लईए कि बहुत शौक है इन्हां नूं, 40 साल तो बाद ये कह रहे कि मैनूं शौक
शुरू होया तो बड़ी तेजी शौक पूरा भी कर रहा है। इन्हों का कहना है कि यह समान आने वाली नौजवान पीढ़ी वास्ते इकट्ठा करें ताकि उन्होंने भी साडे इतिहास बारे जानकारी बनी रहे। कैमरामैन गुरविंदर के नाल अमित शर्मा, डेली पोस्ट पंजाबी, बठिंडा।